ਜਿਹੜੇ ਆਪਣੇ ਹੜ੍ਹ ਆਏ ਸੀਗੇ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਸਾਡੇ ਛੋਟੇ ਵੀਰ ਅਮਰੀਕ ਸਿੰਘ ਅਸ਼ਟਰੀਆ ਸਨ ਆਫ ਸਰਦਾਰ ਜੀਤ ਸਿੰਘ ਉਹਨਾਂ ਨੇ 1,00,000 ਰੁਪਈਏ ਦੀ ਸੇਵਾ ਭੇਜੀ ਸੀ ਹੜ੍ਹ ਪੀੜਤਾਂ ਵਾਸਤੇ ਤੋ ਉਹ ਪੈਸੇ ਉਦੋਂ ਦੇ ਆਪਣੇ ਸਰਦਾਰ ਮਲਕੀਤ ਸਿੰਘ ਦੇ ਕੋਲ ਹੀ ਪਏ ਸੀ ਅਤੇ ਹੁਣ ਇਹਨਾਂ ਦਾ ਕੰਟੈਕਟ ਹੋਇਆ ਸੀ ਖਾਲਸਾ ਏਡ ਵਾਲਿਆਂ ਨਾਲ ਅਤੇ ਉਹ ਇੱਧਰ ਤਰਨ ਤਾਰਨ ਦੇ ਘੜੋਮਾ ਪਿੰਡ ਜਿੱਥੇ ਨਾ ਇਹ ਜ਼ਮੀਨਾਂ ਪੱਧਰੀਆਂ ਕਰਦੇ ਆ ਅਤੇ ਅੱਜ ਉਸ 1,00,000 ਰੁਪਈਏ ਦਾ ਡੀਜ਼ਲ ਲੈ ਕੇ ਆਏ ਸੀ ਇੱਥੇ ਅਤੇ ਉਹ ਡੀਜ਼ਲ 1,00,000 ਰੁਪਈਏ ਦਾ ਆਇਆ ਸੀ 1,131 ਲੀਟਰ ਅਤੇ ਉਹ ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ ਭਾਈ ਸਾਹਿਬ ਉਹਨਾਂ ਨੂੰ ਖਾਲਸਾ ਏਡ ਵਾਲਿਆਂ ਨੂੰ ਅਤੇ ਬਹੁਤ ਵਧੀਆ ਕੰਮ ਕਰ ਰਿਹਾ ਇਹ ਲੋਕਾਂ ਦੀਆਂ ਜ਼ਮੀਨਾਂ ਨੂੰ ਪੱਧਰੀਆਂ ਕਰਕੇ ਅਤੇ ਬੀਜ ਲਿਆਉਣ ਕੇ ਅਤੇ ਕਣਕਾਂ ਬਜਾ ਰਹੇ ਆ ਅਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਸੇਵਾ ਕਰ ਰਹੇ ਆ ਅਤੇ ਹੋਰ ਵੀ ਗਰੁੱਪ ਵਾਲੇ ਕਿਸੇ ਵੀਰ ਨੇ ਨਾਰੇ ਨੇ ਸੇਵਾ ਕਰਨੀ ਹੋਵੇ ਤਾਂ ਜ਼ਰੂਰ ਕੰਟੈਕਟ ਕਰ ਸਕਦਾ ਆ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।